ਸੀ ਟੈਕ ਦਿਓ SSV Entertainment ਤੁਹਾਡਾ ਆਪਣਾ ਚੈਨਲ ਦੋਸਤੋ ਚਮਕੀਲਾ ਤੇ ਅਮਰਜੋਤ ਪੰਜਾਬੀ ਗਾਇਕੀ ਦੇ ਇਹੋ ਜਿਹੇ ਨਾਂ ਨੇ ਜੋ ਮੈਨੂੰ ਲੱਗਦਾ ਜਦ ਤੱਕ ਇਸ ਧਰਤੀ ਤੇ ਪੰਜਾਬੀ ਜਵਾਨ ਰਹੂ ਉਹਨਾਂ ਜਰ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਵੀ ਪੱਕਾ ਹੀ ਰਹਿਣਗੇ ਜਾਣੀ ਉਹ ਆਪਦੀ ਛੋਟੀ ਜਿਹੀ ਜ਼ਿੰਦਗੀ ਚ ਇੰਨਾ ਕੁਝ ਕਰ ਗਏ ਕਿ ਆਪਦੇ ਨਾਂ ਅਮਰ ਸਿੰਘ ਤੇ ਅਮਰਜੋਤ ਤੇ ਖਰਾ ਉਤਰਦਿਆਂ ਆਪਣੇ ਆਪ ਨੂੰ ਸੱਚੀ ਅਮਰ ਕਰ ਗਏ ਪਰ ਅੱਜ ਆਪਾਂ ਅਮਰ ਸਿੰਘ ਚਮਕੀਲਾ ਦੇ ਜੀਵਨ ਤੇ ਹੀ ਝਾਤ ਮਾਰਾਂਗੇ ਤੇ ਕਿਸੇ ਦਿਨ ਫੇਰ ਬੀਬੀ ਅਮਰਜੋਤ ਕੌਰ ਜੀ ਦੇ ਜੀਵਨ ਤੇ ਵੀ ਗੱਲ ਕਰਾਂਗੇ ਤੇ ਮੈਨੂੰ ਨਹੀਂ ਲੱਗਦਾ ਕਿ ਅੱਜ ਮੈਨੂੰ ਆਪਦੀ ਬੇਸੁਰੀ ਜੀ ਆਵਾਜ਼ ਚ ਗਾਣਾ گا ਕੇ ਚਮਕੀਲੇ ਬਾਈ ਦੀ ਯਾਦ ਤੁਹਾਨੂੰ ਦਵਾਉਣ ਦੀ ਲੋੜ ਆ ਕਿਉਂਕਿ ਯਾਦ ਤਾਂ ਉਹਨਾਂ ਨੂੰ ਕਰੀਦਾ ਜਿਹੜੇ ਭੁੱਲ ਚੁੱਕੇ ਹੋਣ ਤੇ ਚਮਕੀਲਾ ਤਾਂ ਲੋਕੀ ਅੱਜ ਵੀ ਪਹਿਲਾਂ ਵਾਂਗ ਹੀ ਸੁਣਦੇ ਆ ਚਲੋ ਫਿਰ ਓਂ ਕਰਦੇ ਆ ਚਮਕੀਲੇ ਬਾਈ ਦੇ ਦੋ ਕੁ ਗਾਣੇ ਉਹੀ ਬਸ ਲੋਰ ਜੀ ਲਿਹਾਉਣ ਨੂੰ ਗਾ ਦਿੰਨੇ ਆ ਬਰਦਾਸ਼ਤ ਕਰਿਓ ਬਾਈ ਦਾ ਇੱਕ ਗਾਣਾ ਪਹਿਲਾ ਕੰਮ ਬੈਲੀਆਂ ਦੇ ਬੈਲ ਖੱਟਣੇ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ ਤੀਜਾ ਕੰਮ ਲੈਣੀ ਆ ਪਾ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਲਾਲ ਟਕਰੇ ਨੀ ਤੇਰੇ ਦਰ ਤੇ ਦਰ ਤੇ ਬੁਲਾਉਂਦਾ ਮੁੰਡਾ ਬੱਕਰੇ ਨੀ ਤੇਰੇ ਦਰ ਤੇ ਤੇ ਅਗਲਾ ਵਾ ਤੇਰੇ ਪਾਈਆਂ ਨਾਲ ਪੈ ਗਈ ਦੁਸ਼ਮਣੀ ਤੇਰੇ ਨਾਲ ਪੈ ਗਈ ਯਾਰੀ ਪੰਜ ਭਾਈ ਇੱਕ ਬਾਪੂ ਤੇਰਾ ਰਿਸ਼ਤੇਦਾਰੀ ਭਾਰੀ ਨਹੀਂ ਜੇ ਤੇ ਤੂੰ ਨਹੀਂ ਨਿਭਦੀ ਹੁਣ ਛੱਡ ਦੇ ਵੈਰ ਨੇ ਹੁਣ ਛੱਡ ਦੇ ਵੈਰ ਨੇ ਯਾਰੀ ਨਹੀਂ ਜੇ ਤੇ ਤੂੰ ਨਹੀਂ ਨਿਭਦੀ ਹੁਣ ਛੱਡ ਦੇ ਵੈਰ ਨੇ ਯਾਰੀ ਸੱਚੀ ਵੀਰੇ ਗਣ ਜਦੋਂ ਮਰਜੀ ਸੁਣ ਲੋ ਚਿਹਰੇ ਤੇ ਮੁਸਕਾਨ ਜੀ ਲਿਆ ਦਿੰਦੇ ਆ ਤੇ ਇਸ ਮਹਾਨ ਗਵਈਏ ਦਾ ਜਨਮ 21 ਜੁਲਾਈ 1960 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੁੱਗਰੀ ਚ ਮਾਤਾ ਕਰਤਾਰ ਕੌਰ ਜੀ ਤੇ ਹਰੀ ਸਿੰਘ ਜੀ ਦੇ ਘਰ ਹੋਇਆ ਤੇ ਇਹ ਪਰਿਵਾਰ ਰਵਿਦਾਸੀਆ ਬਰਾਦਰੀ ਨਾਲ ਸੰਬੰਧਤ ਆ ਤੇ ਮਾਪਿਓ ਨੇ ਆਪਦੇ ਇਸ ਸਭ ਤੋਂ ਛੋਟੇ ਬੱਚੇ ਦਾ ਨਾਂ ਧਨੀ RAM ਰੱਖਿਆ ਪਰਵਾਰ ਕਾਫੀ ਗਰੀਬ ਸੀ ਪਰ ਫਿਰ ਵੀ ਉਹਨਾਂ ਨੇ ਧਨੀ RAM ਨੂੰ ਪਿੰਡ ਦੇ ਹੀ ਗੁੱਜਰ ਖਾਨ ਪ੍ਰਾਇਮਰੀ ਸਕੂਲ ਦੁੱਗਰੀ ਚ ਪੜਨ ਲਾਤਾ ਤੇ ਧਨੀ RAM ਇੱਕ ਇਲੈਕਟ੍ਰੀਸ਼ੀਅਨ ਬਣਨਾ ਚਾਹੁੰਦਾ ਸੀ ਪਰ ਘਰ ਦੀ ਗਰੀਬੀ ਕਰਕੇ ਜਿਆਦਾ ਪੜ੍ਹਾਈ ਨਹੀਂ ਕਰ ਸਕਿਆ ਤੇ ਛੋਟੀ ਉਮਰ ਹੀ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕਰਕੇ ਆਪਦਾ ਖਰਚਾ ਚੁਕਾਉਣ ਲੱਗ ਗਿਆ ਤੇ ਕਾਫੀ ਟਾਈਮ ਉਹ ਲੁਧਿਆਣੇ ਦੀ ਇੱਕ ਕੱਪੜਾ ਫੈਕਟਰੀ ਚ ਵੀ ਕੰਮ ਕਰਦਾ ਰਿਹਾ ਪਰ ਉਹਨਾਂ ਨੂੰ ਹਾਰਮੋਨੀਅਮ ਤੇ ਢੋਲ ਕੀ ਵਜਾਉਣ ਦਾ ਬਚਪਨ ਤੋਂ ਹੀ ਸ਼ੌਂਕ ਸੀ ਤੇ ਗਰੀਬੀ ਦੇ ਤਪਾਏ ਹੋਏ ਇਸ ਨੌਜਵਾਨ ਦੀ ਆਵਾਜ਼ ਚੱਕ ਬਖਰੀਓ ਹੀ ਹੂਕ ਸੀ ਜਦੋਂ ਉਹ ਹਰਮੋਨੀਅਮ ਵਜਾਉਂਦੇ ਤਾਂ ਨਾਲ-ਨਾਲ ਉੱਚੀ-ਉੱਚੀ ਗਾਉਣ ਵੀ ਲੱਗ ਜਾਂਦੇ ਤੇ ਉਦੋਂ ਹੀ ਇਹਨਾਂ ਦੀ ਆੜੀ ਕੁਲਦੀਪ ਪਰਸਨਲ ਪੈ ਗਈ ਤੇ ਕੁਲਦੀਪ ਪਰਸੀ ਧਨੀਰਾਮ ਨੂੰ ਪਹਿਲੀ ਵਾਰ ਸਾਈਕਲ ਤੇ ਬਿਠਾ ਕੇ ਮਸ਼ਹੂਰ ਪੰਜਾਬੀ ਸਿੰਗਰ ਤੇ ਉਸਤਾਦ ਸਰਿੰਦਰ ਸਿੰਧਾ ਜੀ ਕੋਲ ਲੈ ਕੇ ਗਿਆ ਕਿਉਂਕਿ ਕੁਲਦੀਪ ਪਰਸ ਪਹਿਲਾਂ ਹੀ ਸਿੰਧਾ ਜੀ ਨੂੰ ਗੁਰੂ ਧਾਰ ਚੁੱਕਿਆ ਸੀ ਤੇ ਜਦੋਂ ਕੁਲਦੀਪ ਪਰਸ ਦੇ ਮਿੰਤ ਤਲਲਾ ਕਰਨ ਤੇ ਸਰਿੰਦਰ ਸਿੰਧਾ ਜੀ ਨੇ ਪਤਲੇ ਜੇ ਗਰੀਬ ਜੇ 18 ਸਾਲ ਦੇ ਮੁੰਡੇ ਧਨੀ RAM ਦਾ ਗਾਣਾ ਸੁਣਿਆ ਤੇ ਹਰਮੋਨੀਅਮ ਤੇ ਢੋਲਕੀ ਵਜਾਉਣ ਦੀ ਮਹਾਰਤ ਦੇਖੀ ਤਾਂ ਖੁਸ਼ੀ 'ਚ ਕਹਿੰਦਾ ਮੁੰਡਿਆ ਅੱਜ ਤੋਂ ਤੇਰਾ ਨਾਮ ਧਨੀ RAM ਨਹੀਂ ਚਮਕੀਲਾ ਹੋ ਜਣੀ ਚਮਕੀਲਾ ਨਾਂ ਉਸਤਾਦ ਸਰਿੰਦਰ ਸਿੰਦਾ ਜੀ ਨੇ ਰੱਖਿਆ ਸੀ ਤੇ ਫੇਰ ਕਾਬੀ ਸਮਾਂ ਚਮਕੀਲਾ ਜੀ ਉਸਤਾਦ ਜੀ ਹੋਂ ਨਾਲ ਸਟੇਜਾਂ ਤੇ ਢੋਲਕੀ ਵਜਾਉਂਦੇ ਰਹੇ ਹਰਮੋਨੀਅਮ ਵਜਾਉਂਦੇ ਰਹੇ ਤੇ ਕਦੇ-ਕਦੇ ਉਸਤਾਦ ਜੀ ਚਮਕੀਲੇ ਨੂੰ ਸਟੇਜ ਤੇ ਗਾਉਣ ਲਈ ਵੀ ਕਹਿ ਦਿੰਦੇ ਇਹਦੇ ਨਾਲ ਚਮਕੀਲੇ ਦੀ ਜੱਗ ਖੁੱਲਣ ਲੱਗੀ ਤੇ ਚਮਕੀਲੇ ਦੇ ਕਈ ਲਿਖਿ ਹੋਏ ਗਾਣੇ ਵੀ ਸੁਰਿੰਦਰ ਸਿੰਦਾ ਜੀ ਨੇ ਆਪਦੀ ਆਵਾਜ਼ ਚ ਗਾਏ ਫਿਰ ਇੱਕ ਦਿਨ ਚਮਕੀਲੇ ਨੇ ਆਪ ਹੀ ਮਾਰਕੀਟ ਚ ਆਉਣ ਦਾ ਫੈਸਲਾ ਕਰ ਲਿਆ ਤੇ ਆਪ ਦਾ ਸਟੇਜੀ ਨਾਂ ਰੱਖ ਲਿਆ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੀ ਪਹਿਲੀ ਜੋੜੀ ਬਣੀ ਸੁਰਿੰਦਰ ਸੋਨੀਆ ਜੀ ਨਾਲ ਜੋ ਪਹਿਲਾਂ ਸੁਰਿੰਦਰ ਸਿੰਦਾ ਜੀ ਦੇ ਨਾਲ ਹੀ ਗਾਉਂਦੇ ਸੀ ਤੇ ਇੱਕ ਵਾਰੀ ਕੈਨੇਡਾ ਦੇ ਸ਼ੋਅ ਤੇ ਜਦੋਂ ਸ੍ਰਿੰਦਰ ਸਿੰਦਾ ਜੀ ਉਹਨਾਂ ਨੂੰ ਆਪਦੇ ਨਾਲ ਨਾਂ ਲੈ ਕੇ ਗੁਲਸ਼ਨ ਕੋਮਲ ਜੀ ਨੂੰ ਲੈ ਗਏ ਤਾਂ ਸ੍ਰਿੰਦਰ ਸੋਨੀਆ ਨੂੰ ਬਹੁਤ ਬੁਰਾ ਲੱਗਿਆ ਤੇ ਕਹਿੰਦੇ ਸ੍ਰਿੰਦਰ ਸੋਨੀਆ ਨੇ ਹੀ ਚਮਕੀਲੇ ਨੂੰ ਸਮਝਾਇਆ ਕਿ ਤੇਰੀ ਆਵਾਜ਼ ਬਹੁਤ ਵਧੀਆ ਚੱਲ ਆਪਾਂ ਆਪਦੇ ਗਾਣੇ ਰਿਕਾਰਡ ਕਰਾਉਨੇ ਆ ਤੇ ਸੁਰਿੰਦਰ ਸੋਨੀਆ ਵੀ ਉਦੋਂ ਪੰਜਾਬੀ ਗਾਇਕੀ ਦਾ ਬਹੁਤ ਵੱਡਾ ਨਾਂ ਹੁੰਦੀ ਸੀ ਉਹਨਾਂ ਨੇ ਮਿਊਜ਼ਿਕ ਡਾਇਰੈਕਟਰ ਚਰਨਜੀਤ ਅਹੂਜਾ ਨਾਲ ਗੱਲ ਕੀਤੀ ਤੇ 1980 ਦੇ ਵਿੱਚ ਚਮਕੀਲੇ ਤੇ ਸੁਰਿੰਦਰ ਸੋਨੀਆ ਦਾ ਪਹਿਲਾ ਐਲਪੀ ਟਕੂਏ ਤੇ ਟਕੂਆ ਰਿਲੀਜ਼ ਹੁੰਦੇ ਸਾਰੀ ਹੱਕ ਪਾੜਮਾ ਤੇ ਠੇਠ ਪੰਜਾਬੀ ਦੇ ਅੱਖਰਾਂ ਨੂੰ ਇਕੱਠੇ ਕਰਕੇ ਗੀਤ ਦੇ ਰੂਪ ਚ ਪੇਸ਼ ਕਰਨ ਵਾਲਾ ਗਵਈਆ ਰਾਤੋਂ ਰਾਤ ਪੂਰੇ ਪੰਜਾਬ ਵਿਚ ਆ ਗਿਆ ਤੇ ਹਰ ਟਰੱਕ ਚ ਹਰ ਮੋਟਰ ਚ ਚਮਕੀਲੇ ਦੇ ਹੀ ਗਾਣੇ ਵੱਜਣ ਲੱਗੇ ਨਾਲ ਹੀ ਖਾੜਿਆਂ ਦੀ ਵੀ ਪਰਮਾਰ ਹੋ ਗਈ ਫਿਰ ਚਮਕੀਲੇ ਨੂੰ ਲੱਗਿਆ ਕਿ ਸੁਰਿੰਦਰ ਸੋਨੀਆ ਜੀ ਮੈਨੂੰ ਤਨਖਾਹ ਘਟਦੇ ਰਹੇ ਨੇ ਤੇ ਇੱਕ ਦੋ ਵਾਰ ਚਮਕੀਲੇ ਨੇ ਸੋਨੀਆ ਦੇ ਘਰ ਵਾਲੇ ਨਾਲ ਵੀ ਗੱਲ ਕੀਤੀ ਪਰ ਉਹਨਾਂ ਨੂੰ ਇਸ ਅੱਗ ਦੀ ਲਾੜ ਦਾ ਪਤਾ ਹੀ ਨਹੀਂ ਸੀ ਕਿ ਇੱਕ ਦਿਨ ਇਹਨੇ ਭੰਬੜ ਬਣਾ ਉਹਨਾਂ ਨੇ ਚਮਕੀਲੇ ਦੀ ਕਦਰ ਦਾ ਮੁੱਲ ਨਹੀਂ ਪਾਇਆ ਤੇ ਅੰਤ ਨੂੰ ਇਸ ਦਲੇਰ ਗਵਈਏ ਨੇ ਆਪ ਦਾ ਗਰੁੱਪ ਬਣਾਉਣ ਦਾ ਫੈਸਲਾ ਕਰ ਲਿਆ ਤੇ ਫਿਰ ਕੁਝ ਸਮਾਂ ਚਮਕੀਲੇ ਨੇ ਊਸ਼ਾ ਕੈਰਨ ਫਿਰ ਅਮਰ ਨੂਰੀ ਨਾਲ ਵੀ ਖਾੜੇ ਲਾਏ ਤੇ ਨਾਲ ਦੀ ਨਾਲ ਉਹਨਾਂ ਨੇ ਆਪਦੇ ਪੱਕੇ ਸਾਥੀ ਦੀ ਭਾਲ ਵੀ ਜਾਰੀ ਰੱਖੀ ਤੇ ਉਹ ਭਾਲ ਮੁਕਾਈ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਜੀ ਨੇ ਉਹ ਕਹਿੰਦੇ ਯਾਰ ਤੂੰ ਅਮਰਜੋਤ ਕੌਰ ਨਾਲ ਜੋੜੀ ਬਣਾ ਲਾ ਕੁੜੀ ਵਧੀਆ ਗਾਉਂਦੀ ਆ ਤੇ ਮੇਰੇ ਨਾਲ ਵੀ ਕਈ ਖਾੜਿਆਂ ਤੇ ਜਾਂਦੀ ਆ ਬੱਸ ਫਿਰ ਮਿਲ ਗਈ ਅਮਰ ਸਿੰਘ ਚਮਕੀਲੇ ਨੂੰ ਅਮਰਜੋਤ ਤੇ ਪੰਜਾਬੀਆਂ ਨੂੰ ਇੱਕ ਅਜਹੀ ਜੋੜੀ ਜਿਹੜੀ ਐਂ ਲੱਗਦਾ ਰੱਬ ਨੇ ਬਣਾਈ ਹੀ ਅਮਰ ਹੋਣ ਨੂੰ ਸੀ ਤੇ ਇਦੋਂ ਬਾਅਦ ਇਸ ਜੋੜੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਇੱਕ ਦਿਨ ਚ ਤਿੰਨ ਤਿੰਨ ਖੜੇ ਲਾਉਂਦੇ ਸੀ ਗੱਡੀਆਂ ਦੇ ਵਿੱਚ ਹੀ ਸੌਂਦੇ ਸੀ ਸਿਰ ਕੋਲਕਣ ਦਾ ਵੀ ਟਾਈਮ ਨਹੀਂ ਹੁੰਦਾ ਸੀ ਫੇਰ ਦੋਵਾਂ ਨੇ ਇੱਕ ਦੂਜੇ ਨਾਲ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ ਭਾਵੇਂ ਅਮਰਜੋਤ ਦਾ ਵੀ ਪਹਿਲਾ ਵਿਆਹ ਹੋ ਚੁੱਕਿਆ ਸੀ ਤੇ ਅਮਰ ਸਿੰਘ ਚਮਕੀਲੇ ਦਾ ਵੀ ਪਰ ਇਹਨਾਂ ਦੋਨਾਂ ਦੇ ਇਕੱਠਿਆਂ ਗਾਉਣ ਦੀਆਂ ਤੇ ਕੈਰੀਅਰ ਦੀਆਂ ਮਜਬੂਰੀਆਂ ਦੇ ਕੇ ਸਾਰੀਆਂ ਤੇ ਰਹੀ ਮੰਨ ਗਈਆਂ ਪਰ ਚਮਕੀਲਾ ਆਪਦੀ ਪਹਿਲੀ ਪਤਨੀ ਤੇ ਬੱਚਿਆਂ ਦਾ ਸਾਰਾ ਖਰਚਾ ਚੱਕਦਾ ਰਿਹਾ ਤੇ ਉਹਨਾਂ ਨੂੰ ਟਾਈਮ ਕੱਢ ਕੇ ਮਿਲ ਵੀ ਆਉਂਦਾ ਸੀ ਚਮਕੀਲੇ ਦੀ ਪਹਿਲੀ ਪਤਨੀ ਦਾ ਨਾਮ ਸੀ ਗਰਮੇਲ ਕੌਰ ਤੇ ਉਹਨਾਂ ਦੇ ਦੋ ਕੁੜੀਆਂ ਹੋਈਆਂ ਇੱਕ ਦਾ ਨਾਮ ਹੈ ਕਮਲਦੀਪ ਕੌਰ ਤੇ ਦੂਜੀ ਦਾ ਨਾਮ ਹੈ ਅਮਨਦੀਪ ਕੌਰ ਤੇ ਅਮਰਜੋਤ ਕੌਰ ਦੇ ਨਾਲ ਚਮਕੀਲੇ ਦਾ ਇੱਕ ਪੁੱਤਰ ਹੋਇਆ ਤੇ ਉਹਦਾ ਨਾਮ ਹੈ ਜੈਮਲ ਚਮਕੀਲਾ ਤੇ ਚਮਕੀਲੇ ਨੂੰ ਪੰਜਾਬ ਦਾ ਸਭ ਤੋਂ ਵਧੀਆ ਸਟੇਜੀ ਕਲਾਕਾਰ ਦਾ ਮਾਣ ਵੀ ਹਾਸਲ ਹੋ ਚੁੱਕਿਆ ਜਾਣੀ ਚਮਕੀਲੇ ਦਾ ਨਾਮ ਸੁਣ ਕੇ ਹੀ ਲੋਕ ਆਪ ਮੁਹਾਰੇ ਉਹਦਾ ਖਾੜਾ ਸੁਣਨ ਨੂੰ ਤੁਰ ਪੈਂਦੇ ਸੀ ਫਿਰ ਉਹ ਪੰਜਾਬ ਤੋਂ ਬਾਹਰ ਰਹਿੰਦੇ ਪੰਜਾਬੀਆਂ ਲਈ ਵੀ ਬਾਹਰਲੇ ਦੇਸ਼ਾਂ 'ਚ ਗਾਉਣ ਲੱਗੇ ਤੇ ਖਾੜਿਆਂ ਦੇ ਨਾਲ-ਨਾਲ ਉਹਨਾਂ ਦੀਆਂ ਕਈ ਐਲਪੀ ਤੇ ਰੀਲਾਂ ਵੀ ਮਾਰਕੀਟ 'ਚ ਆ ਕੇ ਤਰਤਲੀ ਮਚਾਉਂਦੀਆਂ ਰਹੀਆਂ ਜਿਵੇਂ ਮਿੱਤਰਾ ਮੈਂ ਖੰਡ ਬਣ ਗਈ ਚੱਕ ਲੋ ਡਰਾਈਵਰ ਉਹ ਪੁਰਜੇ ਨੂੰ ਜੀਜਾ ਲੱਕ ਮਿਲਲਾ ਹੱਕ ਉੱਤੇ ਸੌ ਜਾਵੇ ਭੁੱਲ ਗਈ ਮੈਂ ਕੁੰਡ ਕੱਢਣਾ ਰਾਤ ਨੂੰ ਸੁਲਾ ਸਫਾਈਆਂ ਸ਼ਰਬਤ ਵਾਂਗੂ ਘੁੱਟ ਭਰਲਾ ਤੇ ਯਾਦ ਆਵੇ ਵਾਰ-ਵਾਰ ਦੋਸਤੋ ਭਾਵੇਂ ਕਿ ਚਮਕੀਲੇ ਤੇ ਇਹ ਇਲਜ਼ਾਮ ਅੱਜ ਤੱਕ ਲੱਗਦੇ ਆ ਰਹੇ ਕਿ ਉਹ ਬਹੁਤ ਹੀ ਚੱਕਵੇਂ ਗਾਣੇ ਲਿਖਦਾ ਤੇ ਗਾਉਂਦਾ ਸੀ ਪਰ ਉਹ ਉਹਨਾਂ ਨੂੰ ਇਨੇ ਦੇਸੀ ਤਰੀਕੇ ਚ ਤੇ ਦੇਸੀ ਅੱਖਰਾਂ ਚ ਪਰੋਂਦਾ ਸੀ ਉਤੋਂ ਹਰ ਗਾਣੇ ਦੀ ਬਖਰੀ ਧੁਨ ਐਸੇ ਕਰਕੇ ਹੀ ਲੋਕ ਮਿਊਜ਼ਿਕ ਸ਼ੁਰੂ ਹੁੰਦੇ ਸਾਰੀ ਸਮਝ ਜਾਂਦੇ ਆ ਕਿ ਆ ਫਲਾਨਾ ਗਾਣਾ ਉਹਨਾਂ ਦੀਆਂ ਸਾਰੀਆਂ ਹੀ ਤਰਜ਼ਾਂ ਤੇ ਤੇ ਉਹਨਾਂ ਦੇ ਤਕਰੀਬਨ ਸਾਰੇ ਹੀ ਗਾਣਿਆਂ ਨੂੰ ਅੱਜ ਦੀ ਨਵੀਂ ਪੀੜੀ ਦੇ ਗਵਈਆਂ ਨੇ ਮਾੜਾ ਮੋਟਾ ਛੇੜਛਾੜ ਕਰਕੇ ਗਾ ਹੀ ਦਿੱਤਾ ਫਿਰ ਜੇ ਇਹ ਗੱਲ ਸਮਝ ਨਹੀਂ ਆਉਂਦੀ ਕਿ ਜੇ ਚਮਕੀਲਾ ਚੱਕਵੇਂ ਗਾਣੇ ਗਾਉਂਦਾ ਸੀ ਤਾਂ ਲੋਕੀ ਅੱਜ ਤੱਕ ਉਹਦੇ ਗਾਣੇ ਸੁਣੀ ਕਿਉਂ ਜਾਂਦੇ ਆ ਕਿਉਂ ਹਰੇਕ ਨਵਾਂ ਸਿੰਗਰ ਉਹਦੇ ਗਾਣੇ गा ਕੇ ਤੇ ਉਹਦੀਆਂ ਤਰਜ਼ਾਂ ਚੋਰੀ ਕਰਕੇ ਗਾਉਂਦਾ ਇਹਦਾ ਮਤਲਬ ਕੋਈ ਨਾ ਕੋਈ ਗੱਲ ਤਾਂ ਸੀਗੀ ਚਮਕੀਲੇ 'ਚ ਇੰਨਾ ਘੱਟ ਪੜਿਆ ਲਿਖਿਆ ਤੇ ਗਰੀਬ ਪਰਿਵਾਰ ਦਾ ਮੁੰਡਾ ਇੰਨੇ ਵਧੀਆ ਗਾਣੇ ਲਿਖ ਕਿਵੇਂ ਲੈਂਦਾ ਸੀ ਉਤੋਂ ਦੀ ਤਰਜ਼ਾਂ ਤਾਂ ਇਹੋ ਜਿਹੀਆਂ ਬਣਾ ਕੇ ਛੱਡ ਗਿਆ ਕਿ ਵੱਡੇ-ਵੱਡੇ ਮਿਊਜ਼ਿਕ ਦੇ ਮਹਾਰਤੀ ਵੀ ਮੂੰਹ 'ਚ ਉਂਗਲਾਂ ਦੇ ਕੇ ਸੋਚਦੇ ਆ ਕਿ ਆਹ ਕੀ ਬਣਾ ਗਿਆ ਚਮਕੀਲਾ ਇੰਨਾ ਹੀ ਨਹੀਂ ਚਮਕੀਲੇ ਦੀਆਂ ਧਾਰਮਿਕ ਰੀਲਾਂ ਬਾਬਾ ਤੇਰਾ ਨਨਕਾਣਾ ਨਾਮ ਜਪ ਲੈ ਤੇ ਤਲਵਾਰ ਮੈਂ ਕਲਗੀ ਧਰਦੀਆਂ ਨੇ ਵੀ ਅੱਜ ਤੱਕ ਦੇ ਜਿੰਨੇ ਰਿਕਾਰਡ ਬਣਾਏ ਨੇ ਉਹਨੂੰ ਹਲੇ ਤੱਕ ਨਹੀਂ ਕੋਈ ਤੋੜ ਸਕਿਆ ਪਰ ਫੇਰ ਵੀ ਪਤਾ ਨਹੀਂ ਤਾਂ ਉਹਦੀ ਸ਼ੋਹਰਤ ਤੋਂ ਮੱਚਦਿਆਂ ਨਾਲ ਦੇ ਸਿੰਗਰਾਂ ਨੇ ਜਾਂ ਉਹੀ ਉਸ ਸਮੇਂ ਜਿਹੜੀ ਪੰਜਾਬ 'ਚ ਲਹਿਰ ਚੱਲੀ ਸੀ ਉਹ 8 ਮਾਰਚ 1988 ਨੂੰ ਉਹਦੀ ਭੇਂਟ ਚੜ ਗਿਆ ਉਹ ਵੀ ਚਿੱਟੇ ਦਿਨ ਸਿਖਰ ਦੁਪਹਿਰੇ 2 ਵਜੇ ਜਦੋਂ ਉਹ ਪੰਜਾਬ ਦੇ ਪਿੰਡ ਮੈਸਮਪੁਰਜ ਕਿਸੇ ਦੇ ਵਿਆਹ ਚ ਖਾੜਾ ਲਾਉਣ ਲਈ ਹਲੇ ਆਪਦੀ ਗੱਡੀ ਚੋਂ ਹੀ ਉਤਰ ਰਿਹਾ ਸੀ ਤਾਂ ਮੋਰਿਓ ਕੁਝ ਬੰਦਿਆਂ ਨੇ ਅੰਨੇਵਾ ਗੋਲੀਆਂ ਭਰਾ ਕੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਨੂੰ ਸਜ਼ਾ ਲਈ ਸਾਤੋਂ ਕੋਲ ਲਿਆ ਦੋਸਤੋ ਮੈਂ ਆਪ ਵੀ ਮੰਨਦਾ ਆਂ ਕਿ ਚਮਕੀਲੇ ਦੇ ਕਈ ਗਾਣੇ ਸੀਗੇ ਚੱਕਵੇਂ ਪਰ ਉਹਨਾਂ ਦੀ ਸਜ਼ਾ ਮੌਤ ਤਾਂ ਨਹੀਂ ਹੋ ਸਕਦੀ ਤੇ ਜੇ ਉਹ ਗਾਣੇ ਗਾਉਣ ਦੀ ਸਜ਼ਾ ਮੌਤ ਆ ਤਾਂ ਅੱਜਕੱਲ ਤਾਂ ਲੋਕ ਉਹੀ ਗਾਣੇ ਦੁਬਾਰਾ ਗਾ-ਗਾ ਕੇ ਆਪ ਦੇ ਆਪ ਨੂੰ ਸਟਾਰ ਬਣਾਈ ਜਾਂਦੇ ਆ ਉਹ ਤਾਂ ਕੱਲਾ ਗਾਉਂਦਾ ਹੀ ਸੀ ਹੁਣ ਤਾਂ ਗਾਣਿਆਂ ਦੇ ਵੀਡੀਓ ਦੇਖ ਲਓ ਤੁਸੀਂ ਕਿੰਨਾ ਗੰਦਾ ਉਹਨਾਂ ਚ ਜਾਨੀ ਮੈਨੂੰ ਲੱਗਦਾ ਕਿ ਚਮਕੀਲਾ ਚੱਕਵੇਂ ਗਾਣਿਆਂ ਕਰਕੇ ਨਹੀਂ ਮਾਰਿਆ ਗਿਆ ਗੱਲ ਵਿੱਚੋਂ ਕੋਈ ਹੋਰ ਆ ਕਿਉਂਕਿ ਚਮਕੀਲੇ ਤੋਂ ਚੱਕਵੇਂ ਗਾਣੇ ਗਾਉਣ ਵਾਲੇ ਤਾਂ ਚਮਕੀਲੇ ਦੇ ਨਾਲ ਦੇ ਤੇ ਉਹਦੋਂ ਪਹਿਲਾਂ ਵੀ ਬਸਰੇ ਗਵਈਏ ਸੀ ਪਰ ਇਹ ਰਾਜ ਅੱਜ ਤੱਕ ਨਹੀਂ ਖੁੱਲਿਆ ਕਿ ਚਮਕੀਲੇ ਤੇ ਅਮਰਜੋਤ ਨੂੰ ਮਾਰਨ ਦੀ ਅਸਲੀ ਵਜ੍ਹਾ ਕੀ ਸੀ ਪਰ ਜੋ ਵੀ ਹੋਵੇ ਬਾਈ ਨੇ ਮੁੜ ਕੇ ਨਹੀਂ ਆਉਣਾ ਤੇ ਜੇ ਉਹ ਅੱਜ ਤੱਕ ਰਹਿ ਜਾਂਦਾ ਨਾ ਤਾਂ ਸੋਚੋ ਹੁਣ ਤੱਕ ਹੋਰ ਕਿੰਨੇ ਗਾਣੇ ਲਿਖ ਕੇ ਤੇ ਗਾ ਕੇ ਜਾਣੇ ਸੀ ਪਰ ਹਲੇ ਵੀ ਚਮਕੀਲੇ ਦੇ ਕਰੋੜਾਂ ਚਾਹਣ ਵਾਲੇ ਨੇ ਜਿਹੜੇ ਉਹਦੇ ਗਾਣੇ ਸੁਣ ਕੇ ਉਹਨੂੰ ਅੱਜ ਵੀ ਜਿਉਂਦਾ ਹੀ ਮਹਿਸੂਸ ਕਰਦੇ ਆ ਜਾਨੀ ਕੋਈ ਨਾ ਕੋਈ ਕਰਾਮਾਤ ਤਾਂ ਸੀਗੀ ਦੁਗਰੀ ਦੇ ਚਮਕੀਲੇ ਚ ਉਹਦੇ ਤੇ ਰਿਸਰਚਾਂ ਹੁੰਦੀਆਂ ਨੇ ਫਿਲਮਾਂ ਬਣਦੀਆਂ ਨੇ ਤੇ ਫਿਲਮਾਂ ਅਮਰ ਬੰਦਿਆਂ ਤੇ ਹੀ ਬਣਦੀਆਂ ਬਾਈ ਚਮਕੀਲੇ ਅਸੀਂ ਖੁਸ਼ਕਿਸਮਤਾਂ ਕਿ ਤੈਨੂੰ ਲਾਈਵ ਵਗਾਉਂਦੇ ਨੂੰ ਸੁਣਿਆ ਤੇ ਅੱਜ ਤੱਕ ਉਹ ਅਹਿਸਾਸ ਭੁੱਲੇ ਨਹੀਂ ਤੇ ਮੇਰੇ ਵਰਗੇ ਹੋਰ ਵੀ ਲੱਖਾਂ ਨੇ ਜਿਹੜੇ ਤੈਨੂੰ ਹਮੇਸ਼ਾ ਯਾਦ ਕਰਦੇ ਆ ਰੱਬ ਅਮਰ ਸਿੰਘ ਚਮਕੀਲੇ ਤੇ ਅਮਰਜੋਤ कौर ਜੀ ਨੂੰ ਆਪਦੇ ਚਰਨਾਂ 'ਚ ਨਿਵਾਸ ਦੇਵੇ ਤੇ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਬਿਹਤਰ ਕਰੇ ਤੇ ਅੱਜ ਦਾ ਪ੍ਰੋਗਰਾਮ ਆਪਾਂ ਬਾਈ ਚਮਕੀਲੇ ਦੇ ਗਾਣੇ ਨਾਲ ਹੀ ਖਤਮ ਕਰਾਂਗੇ ਭਾਵੇਂ ਮੇਰੀ ਆਵਾਜ਼ ਜਿਹਬ ਜੀ ਮਰਜ਼ੀ ਹੋਵੇ ਪਰ ਰਹਿ ਨਹੀਂ ਹੋਣਾ ਯਾਰ ਸੁਣੋ ਫਿਰ ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ ਸਾਲ 16ਵਾਂ ਜੜ ਗਿਆ ਮੈਨੂੰ ਵੇ ਹੁਣ ਪਰਖੂ ਗੱਬਰੂਆ ਪਰਖੂ ਗੱਬਰੂਆ ਤੈਨੂੰ ਵੇ ਹੁਣ ਪਰਖੂ ਗੱਬਰੂਆ ਔਰੇ ਜਮੀਰamal ਕੂੜੀਖੰਡ ਦਾ ਖੇਜਣਾ ਹਾਏ ਰੇਸ਼ਮੀਰ ਮਾਲ ਕੂੜੀਖੰਡ ਦਾ ਖੇਡਣਾ ਮਗਰ ਫਿਰਾਂ ਬੜੇ ਚਰਦਾਨੀ ਮੁੰਡਾ ਗੱਟ ਤੇ ਪਟੋਲਿਆ ਤੇਰਾ ਨਾਂ ਲਿਖਵਾਈ ਫਿਰਦਾਨੀ ਮੁੰਡਾ ਗੱਟ ਤੇ ਪਟੋਲਿਆ ਤੇਰਾ ਨਾਂ ਲਿਖਵਾਈ ਫਿਰਦਾਨੀ ਮੁੰਡਾ ਗੱਟ ਤੇ ਪਟੋਲਿਆ ਬਸ ਮਾਫੀ ਕਰਦੇ ਹੋ ਜੀ ਜਿਉਂਦੇ ਵੱਸਦੇ ਰਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਰੱਬ ਰੱਖਾ ਦੋਸਤੋ